ਸਰੋਂ ਨੂੰ 50 ਤੋਂ 60 ਦਿਨ ਤੋਂ ਬਾਅਦ ਪਾਣੀ ਲਾਣਾ ਬਹੁਤ ਹੀ ਲਾਜ਼ਮੀ ਸੋ ਦੇਖੋ ਕਿਸਾਨ ਵੀਰੋ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਕਿਰਸਾਨੀ ਤਾਂ ਹੀ ਵੱਸ ਸਕਦੀ ਹੈ ਜੇ ਅਸੀਂ ਜਿਹੜਾ ਫਸਲੀ ਚੱਕਰ ਹੈ ਉਸ ਨੂੰ ਤੇਰੀ ਫਸਲ ਜਿਹੜੀ ਲੈਣੀ ਸ਼ੁਰੂ ਕਰ ਦਈਏ ਤਾਂ ਕਿਰਸਾਨੀ ਜਿਹੜੀ ਹੈ ਉਹ ਵੱਸ ਸਕਦੀ ਹੈ ਦੋ ਫਸਲਾਂ ਦੇ ਨਾਲ ਜਿਹੜਾ ਕਿਸਾਨਾਂ ਉਹਦਾ ਉਹਦੀ ਭਰਪਾਈ ਨਹੀਂ ਹੁੰਦੀ ਕਿਉਂਕਿ ਜੇ ਠੇਕਿਆਂ ਤੇ ਵੀ ਜਿਹੜੀਆਂ ਜ਼ਮੀਨਾਂ ਉਹ ਲਈਆਂ ਜਾਂਦੀਆਂ ਉਹ ਇਸ ਏਰੀਏ ਦੇ ਵਿੱਚ ਜਿਵੇਂ ਵੇਟ ਏਰੀਆ ਸਾਡਾ ਮਾਛੀਵਾੜਾ ਸਾਹਿਬ ਇਸ ਏਰੀਏ ਵਿੱਚ 50 ਤੋਂ 52 53 ਹਜ਼ਾਰ ਰੁਪਿਆ ਇਸ ਦਾ ਹੁਣ ਰੇਟ ਹੋ ਚੁੱਕਿਆ ਜਦ ਕਿ ਮੋਗਾ ਸਾਈਡ ਜਾਂ ਪਾਤਣਾ ਸੁਆਣਾ ਸਾਈਡ ਇਹੀ ਜਿਹੜਾ ਰੇਟ ਆ ਉਹ 65 ਤੋਂ 70 ਹਜ਼ਾਰ ਪ੍ਰਤੀ ਕੀਲਾ ਜਿਹੜਾ ਹੋ ਚੁੱਕਾ ਹੁਣ ਆਪਾਂ ਗੱਲ ਕਰ ਲਈਏ ਸਰੋਂ ਦੀ ਕਿਉਂਕਿ ਆ ਜਿਹੜੀ ਸਰੋਂ ਤੁਸੀਂ ਦੇਖ ਰਹੇ ਹੋ ਇਹ ਜਿਵੇਂ ਕਿ ਪਹਿਲਾਂ ਜਿਹੜੀ ਵੀਡੀਓ ਅਸੀਂ ਬਣਾਈ ਸੀ ਉਹ ਸਾਰੀ ਇਹ ਬਜਾਈ ਤੋਂ ਲੈ ਕੇ ਦੂਜੇ ਪਾਣੀ ਇਹ ਪਹਿਲੇ ਪਾਣੀ ਤੱਕ ਜਿਹੜੀ ਉਹ ਵੀਡੀਓ ਬਣਾਈ ਸੀ ਆ ਹੁਣ 58 ਦਿਨ ਦੀ ਜਿਹੜੀ ਇਹ ਸਰੋਂ ਆ ਇਹ ਹੋ ਚੁੱਕੀ ਆ ਤੇ ਇਸ ਨੂੰ ਜਿਹੜੀ ਫਲਾਵਰਿੰਗ ਉਹ ਦੂਜੀ ਫਲਾਵਰਿੰਗ ਸਟਾਰਟ ਹੋਈ ਹੋਈ ਆ ਤੇ ਜੇ ਆਪਾਂ ਗੱਲ ਕਰ ਰਹੀਏ ਕਿ ਪਹਿਲੀ ਦੂਜੀ ਤੀਜੀ ਜਿਹੜੀ ਫਲਾਵਰਿੰਗ ਆ ਉਹ ਇਹ ਆ ਇਹ ਪਾਇਨਰ ਦੀ ਜਿਹੜੀ ਕਿਸਮ ਆ ਇਹਦੇ ਵਿੱਚ ਤਿੰਨ ਵਾਰ ਫਲਾਵਰਿੰਗ ਹੁੰਦੀ ਆ ਤੇ ਫਿਰ ਲਾਸਟ ਦੇ ਵਿੱਚ ਜਿਹੜੀ ਇਹ ਸਰੋਂ ਆ ਇਹ ਪੱਕ ਇੱਕੋ ਵਾਰ ਜਾਂਦੀ ਆ ਸੋ ਹੁਣ ਇਹ ਦੂਜਾ ਪਾਣੀ ਅਸੀਂ ਅੱਜ 58 ਦਿਨ ਦੀ ਜਿਹੜੀ ਇਹ ਸਰੋਂ ਹੋ ਚੁੱਕੀ ਆ ਇਸ ਨੂੰ ਚਾਲੂ ਕੀਤਾ ਹੈ ਸੋ ਇਹ ਇਹ ਇਸ ਸਮੇਂ ਪਾਣੀ ਦੀ ਇਹ ਸਰੋਂ ਨੂੰ ਬਹੁਤ ਹੀ ਜ਼ਿਆਦਾ ਲੋਡ ਸੀ ਸੋ ਇਸ ਪਾਣੀ ਤੋਂ ਪਹਿਲਾਂ ਅਸੀਂ ਇਸ ਨੂੰ ਇੱਕ ਫੰਗੀਸਾਈਡ ਤੇ ਇਹਦੇ ਵਿੱਚ ਇੱਕ ਬਾਇਓ ਐਨ ਪੀ ਕੇ ਪਾ ਕੇ ਜਿਹੜਾ ਇੱਕ ਚਿਲੇਟਡ ਜ਼ਿੰਕ ਇਹ ਤਿੰਨ ਚੀਜ਼ਾਂ ਦਾ ਸਪਰੇ ਹੁਣ ਇੱਕ ਵਾਰ ਦੁਬਾਰਾ ਕੀਤਾ ਹੈ ਤਾਂ ਕਿ ਜਿਹੜੀ ਕੋਈ ਘਾਟ ਆ ਉਹ ਪੂਰੀ ਹੋ ਸਕੇ ਐਨ ਪੀ ਕੇ ਜਿਹੜਾ ਆ ਉਹਦੇ ਵਿੱਚ ਤਿੰਨ ਤਾਤਾ ਸਾਰੇ ਕਿਸਾਨ ਵੀ ਜਾਣਦੇ ਆ ਉਹ ਵੀ ਇਹ ਇਹ ਫੁੱਲ ਆਉਣ ਦੇ ਉੱਤੇ ਬਹੁਤ ਲਾਜ਼ਮੀ ਹੁੰਦਾ ਤੇ ਬਾਕੀ ਰਹੀ ਚਿਲੇਟਡ ਜਿੰਕ ਦੀ ਗੱਲ ਜਿਹੜੀ ਚਿਲੇਟਡ ਜਿੰਕ ਆ ਉਹ ਵੀਰੋ ਇਹ ਜਿਹੜਾ ਮੌਸਮ ਆ ਉਹ ਉਹਨੂੰ ਮੇਨਟੇਨ ਕਰਦੀ ਆ ਜਿਆਦਾ ਠੰਡ ਹੋਵੇ ਤਾਂ ਵੀ ਮੇਨਟੇਨ ਕਰ ਲੈਂਦੀ ਆ ਜੇ ਗਰਮੀ ਹੋਵੇ ਤਾਂ ਵੀ ਮੇਨਟੇਨ ਕਰ ਲੈਂਦੀ ਆ ਕਿਉਂਕਿ ਜਿਹੜਾ ਮੌਸਮ ਆ ਇਸ ਵਾਰ ਜਿਹੜੀ ਠੰਡ ਆ ਉਹ ਕੁਝ ਦੇਰੀ ਨਾਲ ਸਟਾਰਟ ਹੋਵੇਗੀ ਤੇ ਰਹੇਗੀ ਵੀ ਕਾਫੀ ਸਮੇਂ ਤੱਕ ਅਪ੍ਰੈਲ ਤੱਕ ਇਹ ਜਿਹੜੀ ਠੰਡ ਆ ਇਹ ਫਿਰ ਉਹ ਸੋ ਰਹਿ ਜਾਂਦੀ ਆ ਸੋ ਫਰਬਰੀ ਮਹੀਨੇ ਦੇ ਵਿੱਚ ਇਹ ਜਿਹੜੀ ਸਰੋਂ ਆ ਸਾਡੀ ਇਹ ਪੱਕ ਕੇ ਬਿਲਕੁਲ ਰੈਡੀ ਹੋ ਜਾਵੇਗੀ ਵੱਢਣ ਦੇ ਯੋਗ ਤੋਂ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਖੇਤ ਵਿੱਚ ਮੱਕੀ ਦੀ ਬਜਾਈ ਕਰਕੇ ਤੇ ਫਿਰ ਮੱਕੀ ਵੱਢ ਕੇ ਇਹਦੇ ਵਿੱਚ ਦੁਬਾਰਾ ਜਿਹੜਾ ਝੋਨਾ ਆ ਉਹ ਅਸੀਂ ਲਾ ਸਕਦੇ ਆ ਸੋ ਇਸ ਤਰ੍ਹਾਂ ਵੀਰੋ ਜੇ ਕੰਪਨੀ ਕਹਿੰਦੀ ਆ ਕਿ ਇਸ ਜਿਹੜਾ ਝਾੜ ਆ ਉਹ 15 ਕੁਆਂਟਲ ਦੇ ਲਗਭਗ ਆਉਂਦਾ ਚਲੋ ਅਸੀਂ ਜੇ ਇਸ ਨੂੰ 8 ਤੋਂ 10 ਕੁਆਂਟਲ ਵੀ ਮੰਨ ਲਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਪੈਸੇ ਆ 50 50-60000 ਰੁਪਇਆ ਇਹ ਇੱਕ ਲੂੰਗੇ ਦੇ ਤੌਰ ਤੇ ਉੱਤੇ ਕਿਸਾਨ ਨੂੰ ਮਿਲ ਜਾਵੇਗਾ ਜੋ ਕਿ ਇੱਕੋ ਫਸਲ ਆਉਣ ਵਾਲੇ ਦੋ ਜਿਹੜੀਆਂ ਫਸਲਾਂ ਆ ਉਹਨਾਂ ਦੀ ਪੂਰੀ ਦੀ ਪੂਰੀ ਪਰਪਾਈ ਕਰ ਦਿੰਦੀ ਆ ਸੋ ਕਿਸਾਨ ਵੀਰੋ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਆ ਜਿੰਨੇ ਵੀ ਕਿਸਾਨ ਮੇਰੇ ਭਰਾ ਆ ਉਹ ਉਹਨਾਂ ਨੂੰ ਕੁਝ ਫਾਇਦਾ ਹੋ ਸਕੇ ਸੋ ਪਿਛਲੇ ਸਾਲ ਵੀ ਅਸੀਂ ਕਾਫੀ ਤਜਰਬਾ ਕੀਤਾ ਸੀ ਪਰ بڑے ਛੋਟੇ ਪੱਧਰ ਤੇ ਚਾਰਕਨਾਲਾਂ ਦਾ ਦੀ ਸਰੋਂ ਬੀਜ ਕੇ ਦੇਖੀ ਸੀ ਤੇ ਬਿਲਕੁਲ ਕੰਪਨੀ ਦੇ ਲਾਗੇ ਛਾਗੇ ਅਸੀਂ ਉਸ ਦੇ ਵਿੱਚ ਪਹੁੰਚ ਚੁੱਕੇ ਸੀ ਸੋ ਮੱਕੀ ਦੇ ਬਾਰੇ ਸਾਰੇ ਕਿਸਾਨ ਵੀਰ ਜਾਣਦੇ ਆ ਕਿ ਬਹੁਤ ਵਧੀਆ ਉਹਦਾ ਝਾੜ ਵੀ ਰਹਿੰਦਾ ਹੈ ਤੇ ਰੇਟ ਵੀ ਵਾਜਿਬ ਮਿਲ ਜਾਂਦਾ ਸੋ ਝੋਨੇ ਬਾਰੇ ਸਾਰੇ ਜਾਣਦੇ ਆ ਸੋ ਕਿਸਾਨ ਵੀਰੋ ਇਸ ਸਰੋਂ ਦੀ ਫਸਲ ਨੂੰ ਅਪਣਾਓ ਤੇ ਖੁਸ਼ਹਾਲੀ ਜਿਹੜੀ ਆ ਉਹ ਆਪਣੇ ਆਪ ਤੁਹਾਡੇ ਵੱਲ ਚੱਲ ਕੇ ਆਵੇਗੀ ਸੋ ਜਗ ਸੇਵਕ ਟੀਵੀ ਦੇ ਉੱਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਇਸ ਵੀਡੀਓ ਨੂੰ ਜਰੂਰ ਦੇਖੋ ਤੇ ਕਿਸੇ ਦਾ ਫਾਇਦਾ ਹੋ ਸਕੇ ਤੇ ਇਸ ਨੂੰ ਅੱਗੇ ਸ਼ੇਅਰ ਵੀ ਜਰੂਰ ਕਰ ਦੇਣਾ ਧੰਨਵਾਦ